हालेलुया हालेलुया प्रभु यीशु मसीह के नाम नु जलाल दिने हालेलुया हालेलुया कि ओ पहला परमेश्वर है वचन सानू की बयान करता है वचन विच लिखा है वो अपना वचन भेजदा तो लोग चंगे होंगे हालेलुया लोगों को शिफा मिलती है आइए वचन विच ख्याल करते हैं जबूरा की पोथी चैप्टर 107 तो दी 20 आयत में देखते हैं पवित्र बाइबल की बयान करता है जबूर 107 ओदी 20 आयत ओ अपना वचन कल के उन्हां नूं चंगा करता है ਅਤੇ ਉਹਨਾਂ ਨੂੰ ਤਬਾਹੀ ਤੋਂ ਬਚਾਉਂਦਾ ਹੈ ਹਾਲੇਲੂਇਆ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਉਹ ਆਪਣਾ ਵਚਨ ਕਰਦਾ ਹੈ ਆਪਣਾ ਵਚਨ ਪੇਜਦਾ ਹੈ ਆਪਣਾ ਵਚਨ ਪੇਜਦਾ ਤਾਂ ਲੋਕ ਚੰਗੇ ਹੁੰਦੇ ਆ ਲੋਕ ਤਬਾਹੀ ਤੋਂ ਬਚਾਏ ਜਾਂਦੇ ਆ ਵਚਨ ਜਿਹੜਾ ਆ ਉਹ ਕੀ ਆ ਜਦੋਂ ਵਚਨ ਪੇਜਦਾ ਆ ਪਰਮੇਸ਼ੁਰ ਦੇ ਵਚਨ ਚ ਲਿਖਿਆ ਆ ਜੋ ਉਹ ਵਚਨ ਨੂੰ ਪੇਜਦਾ ਆ ਲੋਕਾਂ ਨੂੰ ਸ਼ਿਫਾ ਮਿਲਦੀ ਹੈ ਹਾਲੇਲੂਇਆ ਅੱਜ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਚੰਗਾ ਕਰੇਗਾ ਕਿ ਤੁਸੀਂ ਅੱਜ ਵਿਸ਼ਵਾਸ ਕਰਦੇ ਆ ਜੋ ਅੱਜ ਇਹ ਵਚਨ ਆ ਉਹ ਮੇਰੇ ਲਈ ਆ ਜੇ ਅਸੀਂ ਵਿਸ਼ਵਾਸ ਕਰਦੇ ਆ ਕਿ ਵਚਨ ਜੋ ਹੈ ਅੱਜ ਦਾ ਇਹ ਮੇਰੇ ਲਈ ਆ ਤਾਂ ਵਚਨ ਕੀ ਕਹਿੰਦਾ ਆ ਉਹ ਆਪਣਾ ਵਚਨ ਭੇਜਦਾ ਹੈ ਲੋਕਾਂ ਨੂੰ ਸ਼ਿਫਾ ਮਿਲਦੀ ਆ ਅੱਜ ਇਹ ਤੁਸੀਂ ਵਿਸ਼ਵਾਸ ਜੇ ਕਰਦੇ ਆ ਪਰਮੇਸ਼ੁਰ ਕਹਿੰਦਾ ਮੈਂ ਤੁਹਾਨੂੰ ਚੰਗਾ ਕਰੇਗਾ ਹਾਲੇਲੂਇਆ ਪਰਮੇਸ਼ੁਰ ਦੇ ਵਚਨ ਚ ਲਿਖਿਆ ਹੋਇਆ ਜਿਹੜਾ ਮੇਰੇ ਤੇ ਵਿਸ਼ਵਾਸ ਕਰਦਾ ਅੱਜ ਜੇ ਤੁਸੀਂ ਇਸ ਕਲਾਮ ਨੂੰ ਲੈ ਲੈਨੇ ਆ ਅੱਜ ਜੇ ਤੁਸੀਂ ਇਸ ਕਲਾਮ ਨੂੰ ਮੰਨ ਲੈਨੇ ਆ ਤਾਂ ਪਰਮੇਸ਼ੁਰ ਕਹਿੰਦਾ ਮੈਂ ਤੁਹਾਨੂੰ ਚੰਗਾ ਕਰੇਗਾ ਉਹ ਆਪਣਾ ਵਚਨ ਭੇਜਦਾ ਆ ਤਾਂ ਲੋਕ ਚੰਗੇ ਹੁੰਦੇ ਆ अन्ने देखते हैं लंगड़े चलते हैं कोड़े शुद्ध होंगे मुर्दे जिंदा होंगे वह अपना वचन भेजता है गुनागार जड़े गुना तो साफ होंगे शुद्ध होंगे परमेश्वर कहता यीशु मसीह जो है साढ़े लिए देतारी हो के आ गया वह वचन आ गया जिस दे नाल अन्ने चंगे हुंदे आ अन्ने देखते आ लंगड़े चलते आ कोड़े शुद्ध हुंदे आ मुर्दे जिंदा हुंदे आ और गुनाहगार तो गुनाह तो गुनाहगार जो है गुनाह तो माफी मिलती है शुद्ध किते जाते आ पाक किते जाते आ असी की देखते हैं जो 38 साल का जो इंसान है तालाब के किनारे बैठा है तालाब के किनारे ना वो चल सकता ना वो फिर सकता है 38 साल हो गया 38 साल हो गया उस इंसान को ना वो खा सकता ना वो पहन सकता ना वो तुर सकता ना वो चल सकता फरिश्ता आता है फरिश्ता जो आता है तो पानी को हिलाता है जो उस विच पहला जाता है वो चंगा हो जाता है वो चंगा हो जाता है क्योंकि लोगों को विश्वास है कि फरिश्ता आता है लोग चंगे हो जाते जो सब तो पहला चले जाता है जो कलाम वो को चल के जाता 38 साल के कोलो 38 साल के कोलो जो कलाम जाता है तो उन्होंने कहता कि तू चंगा होना चाहता है कि तू चंगा होना चाहता है अगे वो इंसान उन्होंने कहता है जो 38 साल का है ਉਹਨੂੰ ਕਹਿੰਦਾ ਆ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਗਾ ਜੋ ਮੈਨੂੰ ਚੁੱਕ ਕੇ ਤਲਾਬ ਦੇ ਵਿੱਚ ਲੈ ਸਕੇ ਔਰ ਮੈਂ ਚੰਗਾ ਹੋ ਜਾਵਾਂ ਦੁਨੀਆ ਦਾ ਉਧਾਰ ਕਰਤਾ ਦੁਨੀਆ ਦਾ ਮਾਲਕ ਉਸਨੂੰ ਕਹਿ ਰਿਹਾ ਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਆ ਪਰ ਉਹ ਉਸਨੂੰ ਕਹਿ ਰਿਹਾ ਆ ਕਿ ਮੇਰਾ ਕੋਈ ਨਹੀਂ यीशु मसीह कहता जेदा कोई नहीं गा उदा मैं सहारा बन जाना आ उदी मैं कुबत बन जाना उदी मैं ताकत बन जाना आ वचन च तां लिखिया होया हे पार दी हेठा दबे हुए लोगो मेरे कोल आओ मैं तुहानू आराम दवांगा मेरा झूला नरम ते मुलायम आ ओ बोझ दे विच दबिया होया आ अधरंगी आ चल फिर नहीं सकता 38 साल हो गया
ਉਹਨੂੰ ਇਹ ਨਹੀਂ ਪਤਾ ਜੋ ਫਰਿਸ਼ਤਾ ਜਿਹੜਾ ਆ ਇਸ ਤਲਾਬ ਨੂੰ ਹਲਾਉਂਦਾ ਲੋਕ ਚੰਗੇ ਹੁੰਦੇ ਆ ਉਸ ਇਨਸਾਨ ਨੂੰ ਇਹ ਨਹੀਂ ਪਤਾ ਫਰਿਸ਼ਤਿਆਂ ਨੂੰ ਬਣਾਉਣ ਵਾਲਾ ਉਹਦੇ ਸਾਹਮਣੇ ਆ ਫਰਿਸ਼ਤਿਆਂ ਨੂੰ ਸਿਰਜਣਹਾਰ ਬਣਾਉਣ ਵਾਲਾ ਉਹਦੇ ਸਾਹਮਣੇ ਆ ਉਹ ਫਰਿਸ਼ਤਿਆਂ ਨੂੰ ਹੁਕਮ ਕਰਦਾ ਆ ਤਾਂ ਫਰਿਸ਼ਤੇ ਜਿਹੜੇ ਆ ਉਹਨੂੰ ਪਵਿੱਤਰ ਪਵਿੱਤਰ ਕਹਿੰਦੇ ਆ ਜ਼ਬੂਰ 91 ਵਿੱਚ ਕੀ ਲਿਖਿਆ ਉਹ ਆਪਣੇ ਦੂਤਾਂ ਨੂੰ ਹੁਕਮ ਦਿੰਦਾ ਆ ਮੇਰਾ ਕੋਈ ਨਹੀਂ ਅੱਜ ਇਹ ਵਚਨ ਤੁਹਾਨੂੰ ਕਹਿ ਰਿਹਾ ਆ ਅੱਜ ਜੇ ਤੁਸੀਂ ਵਿਸ਼ਵਾਸ ਕਰਦੇ ਆ ਅੱਜ ਜੇ ਤੁਸੀਂ ਇਸ ਵਿਸ਼ਵਾਸ ਨੂੰ ਲੈ ਲੈਂਦੇ ਆ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਚੰਗਾ ਕਰਨ ਵਾਲਾ ਪਰਮੇਸ਼ਰ ਆ ਉਹ ਕਲਾਮ ਨੂੰ ਭੇਜਦਾ ਆ ਤਾਂ ਕਲਾਮ ਜਿਹੜਾ ਆ ਲੋਕਾਂ ਨੂੰ ਚੰਗਾ ਕਰਦਾ ਆ ਸਾਡਾ ਯਿਸੂ ਮਸੀਹ ਜਿਹੜਾ ਉਹ ਕਲਾਮ ਆ ਜਦੋਂ ਅਸੀਂ ਆਪਣੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਆ ਤਾਂ ਲੋਕ ਚੰਗੇ ਹੁੰਦੇ ਆ ਉਸ 36 ਸਾਲ ਦੇ ਨੂੰ ਕਹਿੰਦਾ ਆ ਉੱਠ ਆਪਣੇ ਮੰਜੇ ਚੁੱਕ ਤੇ ਘਰ ਨੂੰ ਚਲਿਆ ਜਾ ਜੋ 38 ਸਾਲ ਦਾ ਇਨਸਾਨ ਆ ਜੋ ਚੱਲ ਫਿਰ ਨਹੀਂ ਸਕਦਾ ਉਸਨੂੰ ਕਹਿ ਰਿਹਾ ਕਿ ਆਪਣੀ ਮੰਜੇ ਚੁੱਕ ਤੇ ਘਰ ਨੂੰ ਚਲਿਆ ਜਾ ਪਰਮੇਸ਼ਰ ਜਿਹੜਾ ਆ ਉਹ ਬਲ ਤਾਕਤ ਤੇ ਸਮਰਥ ਦੇ ਨਾਲ ਭਰਿਆ ਹੋਇਆ ਪਰਮੇਸ਼ਰ ਅੱਜ ਅਸੀਂ ਯਿਸੂ ਮਸੀਹ ਦਾ ਵਚਨ ਜੋ ਸਾਨੂੰ ਕਹਿੰਦਾ ਆ ਕਿ ਅੱਜ ਤੁਸੀਂ ਇਸ ਵਚਨ ਨੂੰ ਲੈ ਲਓ ਮੈਂ ਆਪਣਾ ਵਚਨ ਭੇਜਦਾ ਆ ਮੈਂ ਆਪਣਾ ਕਲਾਮ ਭੇਜਦਾ ਆ ਉਸਦਾ ਕਲਾਮ ਆਪਣੀ ਜ਼ਿੰਦਗੀ 'ਚ ਲੈ ਲਓ ਜਿਹੜਾ ਇਸ ਵਚਨ ਨੂੰ ਲੈ ਲੈਂਦਾ ਆ ਉਹ ਦੁੱਖਾਂ ਤੋਂ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਜਾਂਦਾ ਆ ਹਾਲੇਲੂਇਆ ਪ੍ਰੇਜ਼ ਦਾ ਲੋਰਡ ਅਸੀਂ ਯਿਸੂ ਦਾ ਧੰਨਵਾਦ ਕਰਦੇ ਆ ਕਿ ਜੋ ਅੱਜ ਇਸ ਵਚਨ ਨੂੰ ਲੈ ਲੈਂਦਾ ਆ ਅੱਜ ਤੁਸੀਂ ਵਿਸ਼ਵਾਸ ਕਰੋ ਅੱਜ ਜੇ ਤੁਸੀਂ ਵਿਸ਼ਵਾਸ ਕਰਦੇ ਆ ਇਸ ਵਚਨ ਨੂੰ ਲੈ ਲੈਂਦੇ ਆ ਤੁਸੀਂ ਭਾਵੇਂ ਦੇਸਾਂ ਪਰਦੇਸਾਂ ਵਿੱਚ ਕੋਹੋ ਦੂਰ ਆ ਵਚਨ 'ਚ ਲਿਖਿਆ ਮੇਰਾ ਹੱਥ ਛੋਟਾ ਨਹੀਂ ਗਾ ਜੋ ਤੁਹਾਡੇ ਸਿਰਾਂ ਉੱਤੇ ਨਾ ਆ ਸਕੇ ਅੱਜ ਇਸ ਕਲਾਮ ਨੂੰ ਲੈ ਲਓ ਅੱਜ ਜੇ ਤੁਸੀਂ ਦੁਖੀ ਆ ਅੱਜ ਜੇ ਤੁਸੀਂ ਬਿਮਾਰ ਆ ਅੱਜ ਜੇ ਦੁੱਖਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਆ ਤਾਂ ਇਸ ਵਚਨ ਨੂੰ ਤੁਸੀਂ ਰਿਸੀਵ ਕਰੋ ਵਚਨ ਕੀ ਕਹਿੰਦਾ ਆ ਉਹ ਆਪਣਾ ਵਚਨ ਭੇਜਦਾ ਆ ਲੋਕ ਬਿਮਾਰੀਆਂ ਤੋਂ ਚੰਗੇ ਹੁੰਦੇ ਆ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ ਆਉਣ ਵਾਲੀ ਤਬਾਹੀ ਤੋਂ ਅਸੀਂ ਦੇਖਦੇ ਹਾਂ ਟੋਨੀ ਦੇ ਵਿੱਚ ਕਰੋਨਾ ਦੀ ਪ੍ਰੋਬਲਮ ਆਈ ਆ ਉਹ ਕਹਿੰਦਾ ਭਾਵੇਂ ਬਵਾ ਹੋਵੇ ਭਾਵੇਂ ਕੋਈ ਦੁੱਖ ਤਕਲੀਫ ਹੋਵੇ ਮੈਂ ਤੁਹਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣ ਵਾਲਾ ਤੁਹਾਡਾ ਚਾਹਵਾ ਜਰੀ ਆ ਮੈਂ ਆਪਣਾ ਵਚਨ ਨੂੰ ਭੇਜਦਾ ਲੋਕ ਚੰਗੇ ਹੁੰਦੇ ਆ ਆਉਣ ਵਾਲੀ ਤਬਾਹੀ ਤੋਂ ਮੈਂ ਉਹਨਾਂ ਨੂੰ ਬਚਾ ਲੈਂਦਾ ਆ ਜ਼ਰਮਿਆ ਜਿਹੜਾ ਆ ਜ਼ਰਮਿਆ ਨਬੀ ਜਿਹੜਾ ਆ ਉਹ ਕਹਿੰਦਾ ਆ ਪਰਮੇਸ਼ਰ ਤੇਰੀ ਬਾਣੀ ਇੱਕ ਹਥੌੜੇ ਦੀ ਤਰ੍ਹਾਂ ਆ ਜਿਹੜੀ ਚਟਾਨ ਨੂੰ ਚੂਰ ਚੂਰ ਚੱਕਣਾ ਚੂਰ ਚੂਰ ਕਰ ਦਿੰਦੀ ਆ ਪਰਮੇਸ਼ਰ ਦੀ ਬਾਣੀ ਜੋ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਲੈ ਲਈਏ ਪਰਮੇਸ਼ਰ ਦਾ ਕਲਾਮ ਜਿਹੜਾ ਆ ਉਹ ਆਪਣੀਆਂ ਜ਼ਿੰਦਗੀਆਂ 'ਚ ਲੈ ਲਈਏ ਪਰਮੇਸ਼ਰ ਦੇ ਕਲਾਮ ਨੂੰ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖ ਲਈਏ ਜਦੋਂ ਅਸੀਂ ਪਰਮੇਸ਼ਰ ਦਾ ਕਲਾਮ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਰੱਖ ਲਵਾਂਗੇ ਜਦੋਂ ਅਸੀਂ ਆਪਣੇ ਪਰਮੇਸ਼ਰ ਨੂੰ ਆਪਣੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਕਰੋਗੇ ਤਾਂ ਪਰਮੇਸ਼ਰ ਕਹਿੰਦਾ ਆ ਮੈਂ ਤੁਹਾਨੂੰ ਤੁਹਾਡੇ ਦੁੱਖਾਂ ਤੋਂ ਤੁਹਾਡੀਆਂ ਤਕਲੀਫਾਂ ਤੋਂ ਤੁਹਾਡੀਆਂ ਬਿਮਾਰੀਆਂ ਤੋਂ ਤਾਂ ਇੱਕ ਹਥੌੜੇ ਦੀ ਤਰ੍ਹਾਂ ਜਿਸ ਤਰ੍ਹਾਂ ਹਥੌੜਾ ਜਿਹੜਾ ਆ ਚੱਕਣਾ ਚੂਰ ਕਰ ਦਿੰਦਾ ਪੱਥਰ ਨੂੰ ਮੈਂ ਤੁਹਾਡੀਆਂ ਬਿਮਾਰੀਆਂ ਨੂੰ ਲਾਚਾਰੀਆਂ ਤੋਂ ਤੁਹਾਡੀਆਂ ਪਰੇਸ਼ਾਨੀਆਂ ਨੂੰ ਤੁਹਾਡੀਆਂ ਤਕਲੀਫਾਂ ਨੂੰ ਉਹਨਾਂ ਨੂੰ ਖਤਮ ਕਰ ਦੇਵਾਂਗਾ ਉਹਨਾਂ ਨੂੰ ਚੱਕਣਾ ਚੂਰ ਕਰ ਦੇਵਾਂਗਾ ਪਰ ਪਰਮੇਸ਼ਰ ਕਹਿੰਦਾ ਆ ਜਿਹੜੇ ਮੇਰੇ 'ਤੇ ਵਿਸ਼ਵਾਸ ਕਰਦੇ ਆ ਜਿਹੜੇ ਮੇਰੇ 'ਤੇ ਭਰੋਸਾ ਰੱਖਦੇ ਆ ਜਿਹੜੇ ਮੇਰੇ 'ਤੇ ਯਕੀਨ ਰੱਖਦੇ ਆ ਤੁਹਾਡੇ ਦੁੱਖ ਜਿਹੜੇ ਆ ਤੁਹਾਡੇ ਤਕਲੀਫ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਮੈਂ ਉਹਨਾਂ ਦਾ ਅੰਤ ਕਰ ਦਊਂਗਾ ਮੈਂ ਤੁਹਾਡੀਆਂ ਬਿਮਾਰੀਆਂ ਦਾ ਅੰਤ ਕਰ ਦਊਂਗਾ ਜੋ ਤੁਸੀਂ ਨਿਰਾਸ਼ ਆ ਜੋ ਤੁਸੀਂ ਪਰੇਸ਼ਾਨ ਆ ਤੁਸੀਂ ਮੇਰੇ 'ਤੇ ਵਿਸ਼ਵਾਸ ਰੱਖੋ ਭਾਵੇਂ ਤੁਸੀਂ ਡਿੱਗੇ ਹੋਏ ਆ ਜ਼ਮੀਨ ਦੇ ਵਿੱਚ ਅਸੀਂ ਡਿੱਗੇ
एक किस्म दा दल दल दे विच इंसान कहिंदा मैं दल दल दे विच टिकिया पिया, मैनू कौन चुकूगा, मैनू कौन खड़ा करूगा। मेरा परमेश्वर कहिंदा मैं तुहाडे दुखां दा अंत करूंगा। जो दुख सानू पहाड़ जिड्डे लगदे आ, जो सानू दुख जिहड़े आ असीं दल दल दे विच सोच रहे आ कि असीं दल दल दे विच फस गए आ, सानू कौन कड्डूगा। मेरा परमेश्वर अज तुहानू वचन दिंदा आ। मेरा परमेश्वर कहिंदा जो अपने जो तुहानू पहाड़ जिड्डे दुख बीमारियां परेशानियां लगदियां मैं चकना चूर करूंगा। तुहाडा परमेश्वर है, तुहाडियां बीमारियां नू मैं चकना चूर कर दूंगा। ये असी देखना है कि असी निराश हाँ परेशान हाँ, परमेश्वर कहना मैं थोड़ी निराशीपन दे विचो थोड़ी उदासीपन दे विचो थोड़ा अंत कर देवांगा। तुसी मुड़ के उस निराशा दे विच ना रहोगे, उस परेशानी दे विच ना रहोगे। परमेश्वर कहना मैं थोड़े दुखां दा अंत कर देवांगा और खुशहाल जिंदगी तुहानू दे दवांगा। पर जेड़ा उस ते विश्वास करदा यीशु मसीह इस जहान ते जिदो वचन बन के आया साडे लई, तो ओह इह कहिंदा सी कि तुसी विश्वास करदे आ, कि तुसी विश्वास करदे आ। परमेश्वर दे वचन च हथौड़े दी तरह लिखिया आ कि हथौड़े दी तरह परमेश्वर तुहाडियां बीमारियां नू लचारियां नू चकना चूर कर देगा। पर इसी तरह वचन विच लिखा आ एक वचन अग दी तरह आ, ये वचन जेड़ा एक अग दी तरह आ जेड़ी वस्तु नू साड़ के सभा कर देता है। अज तुसी इस बाणी नू अपनी जिंदगी विच ले लो, अज तुसी इस बाणी नू अपनी जिंदगी विच ले लो। साडे दुखां नू, साडियां कष्टां नू, साडियां बीमारियां दा साडे परमेश्वर जेड़ा ओ अंत कर सकदा आ। ओ पसम करन वाला, पसम करन वाली अग, ओ कहिंदा तुहाडियां दुखां नू ਤੁਹਾਡੀਆਂ ਬਿਮਾਰੀਆਂ ਨੂੰ ਮੈਂ ਸਾੜ ਕੇ ਸਵਾਹ ਕਰ ਦੂੰਗਾ। ਤੁਹਾਡੀਆਂ ਬਿਮਾਰੀਆਂ ਜੋ ਕਸ਼ਟ ਆ, ਸਾਰੀਆਂ ਪਰੇਸ਼ਾਨੀਆਂ ਆ, ਮੈਂ ਉਹਨਾਂ ਦਾ ਅੰਤ ਕਰ ਦੂੰਗਾ। ਇਹ ਅੰਤ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਪਰਮੇਸ਼ਰ ਨੂੰ, ਜੇ ਅਸੀਂ ਆਪਣੇ ਉਧਾਰ ਕਰਤਾ ਨੂੰ, ਜੇ ਅਸੀਂ ਆਪਣੇ ਮੁਕਤੀ ਦਾਤਾ ਨੂੰ ਮੰਨਦੇ। ਪਰਮੇਸ਼ਰ ਕਹਿੰਦਾ ਆ ਜਿਸ ਤਰ੍ਹਾਂ ਉਹ 38 ਸਾਲ ਦੇ ਕੋਲ ਗਿਆ ਆ, ਜਿਸ ਤਰ੍ਹਾਂ ਉਹ 38 ਸਾਲ ਦੇ ਕੋਲ ਚੱਲ ਕੇ ਗਿਆ ਆ, ਉਹ ਸਾਡੇ ਕੋਲ ਵੀ ਚੱਲ ਕੇ ਆਉਂਦਾ ਆ। ਉਹਦੇ ਵਚਨ ਦੇ ਵਿੱਚ ਲਿਖਿਆ ਹੋਇਆ ਆ, ਉਸਦੇ ਵਚਨ ਵਿੱਚ ਕੀ ਲਿਖਿਆ ਹੋਇਆ, ਜਦੋਂ ਤੁਸੀਂ ਪ੍ਰਾਰਥਨਾ ਕਰਦੇ ਆ, ਜਦੋਂ ਤੁਸੀਂ ਬੇਨਤੀ ਕਰਦੇ ਆ, ਜਦੋਂ ਤੁਸੀਂ ਆਰਾਧਨਾ ਕਰਦੇ ਆ, ਤਾਂ ਮੈਂ ਕਹਿੰਦਾ ਮੈਂ ਉਸ ਜਗ੍ਹਾ ਤੇ ਮੌਜੂਦ ਹੋ ਜਾਂਦਾ, ਕਿਉਂਕਿ ਵਚਨ ਚ ਲਿਖਿਆ ਹੋਇਆ ਦੋ ਜਾਂ ਤਿੰਨ ਮੇਰਾ ਨਾਮ ਲੈਣਗੇ, ਮੈਂ ਉਸ ਜਗ੍ਹਾ ਤੇ ਹਾਜ਼ਰ ਹਾਂ। ਇਹ ਪਰਮੇਸ਼ਰ ਦਾ ਵਚਨ ਆ, ਉਹਦਾ ਵਚਨ ਆ ਕਿ ਮੈਂ ਵਾਅਦਿਆਂ ਦਾ ਪੱਕਾ ਤੇ ਸੱਚਾ ਪਰਮੇਸ਼ਰ ਆ। ਉਹ ਕਹਿੰਦਾ ਜਦੋਂ ਤੁਸੀਂ ਦੁਆ ਕਰਦੇ ਆ, ਪ੍ਰਾਰਥਨਾ ਕਰਦੇ ਆ ਔਰ ਕਹਿੰਦੇ ਆ ਕਿ ਹੇ ਪਰਮੇਸ਼ਰ ਤੂੰ ਇਸ ਜਗ੍ਹਾ ਤੇ ਮੌਜੂਦ ਆ, ਤਾਂ ਮੈਂ ਮੌਜੂਦ ਆ। ਉਸ 38 ਸਾਲ ਦੇ ਨੂੰ ਕਹਿੰਦਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਆ। ਅੱਜ ਅਸੀਂ ਵਿਸ਼ਵਾਸ ਕਰੀਏ ਕਿ ਉਹ ਸਾਡੇ ਕੋਲ ਆ, ਸਾਡੇ ਕੋਲ ਆ। ਅੱਜ ਅਸੀਂ ਉਹਨੂੰ ਆਪਣੇ ਸਾਡੇ ਜੋ ਦੁੱਖ ਆ, ਸਾਰੇ ਜੋ ਕਸ਼ਟ ਆ, ਜੋ ਬਿਮਾਰੀਆਂ ਆ, ਜੋ ਪਰੇਸ਼ਾਨੀਆਂ ਆ, ਉਹਨਾਂ ਦਾ ਅੰਤ ਕਰ ਸਕਦਾ ਜੇ ਅਸੀਂ ਆਪਣੇ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰੀਏ, ਜੋ ਉਧਾਰ ਕਰਤਾ ਆ, ਜੋ ਮੁਕਤੀ ਬਣ ਕੇ ਆ ਗਿਆ, ਜੋ ਮੁਕਤੀ ਦਾ ਸਾਧਨ ਬਣ ਕੇ ਸਾਡੇ ਲਈ ਸੰਸਾਰ ਵਿੱਚ ਆ ਗਿਆ। ਜਿਸ ਤਰ੍ਹਾਂ ਤੁਹਾਡੇ 'ਚ ਬਿਮਾਰੀਆਂ ਆ, ਦੁੱਖ ਆ, ਤਕਲੀਫ ਆ, ਪਰਮੇਸ਼ੁਰ ਕਹਿੰਦਾ ਮੈਂ ਤੁਹਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਣ ਵਾਲਾ ਤੁਹਾਡਾ ਪਰਮੇਸ਼ੁਰ ਆ। ਅਸੀਂ ਉਸ ਪਰਮੇਸ਼ੁਰ ਕੋਲੋਂ ਜੇ ਛੁਟਕਾਰਾ ਪਾਉਣਾ ਆ, ਜੇ ਅਸੀਂ ਆਪਣੇ ਪਰਮੇਸ਼ੁਰ ਦੇ ਕੋਲੋਂ ਬਿਮਾਰੀਆਂ ਦੇ ਉੱਤੇ ਛੁਟਕਾਰਾ ਪਾਉਣਾ ਆ, ਤਾਂ ਸਾਨੂੰ ਆਪਣੇ ਪਰਮੇਸ਼ੁਰ ਦੇ ਵਚਨ ਨੂੰ ਆਪਣੇ ਜੀਵਨ ਵਿੱਚ ਲੈਣਾ ਪੈਣਾ ਆ।
अपनी जिंदगी विच लेना पैना है। जदों असीं अपनी जिंदगी विच लै लवांगे तां यीशु मसीह कहिंदा मैं तुहाडियां बीमारियां दा लाचारियां दा परेशानियां दा अंत कर दूंगा, अंत कर दूंगा। क्यों? क्योंकि मैं अपना वचन भेजदा हाँ। लोग बीमार चंगे होंगे, मुर्दे जिंदा होंगे, असीं देख सकते हैं। जदों कलाम जिहड़ा आ बाणी जिहड़ी आ उह जदों मार्था और मरियम दे कोल जांदे आ तां लाजर नूं कहिंदा हे लाजर बाहर आ। यीशु मसीह जो है मुर्दियां नूं जदों हुक्म दिंदा आ तां मुर्दे जिंदा हुंदे आ। कोड़ी जो कोड़ी आ उह आण के यीशु नूं सिद्धा करदा आ, हे प्रभु जे तू चाहुंदा आ तां मैनूं शुद्ध कर सकदा आ। यीशु मसीह कहिंदा तरस ना भर गया, रहम दे नाल भर गया। कहिंदा हाँ मैं चाहुंदा आ कि तू शुद्ध हो जा। कोड़ी चंगे हुंदे आ, लंगड़े चलदे आ, बीमार जिहड़े आ उह चंगाई पाउंदे। अज तुसी परमेश्वर दे वचन नू, परमेश्वर दे कलाम नू अपनी जिंदगी च लै लो। अज जे तुसी अपनी जिंदगी विच परमेश्वर दा वचन लै लैने आ, परमेश्वर कहिंदा आ मैं तुहानू शिफा देने वाला परमेश्वर आ, मैं तुहाडे दुखां दा अंत करने वाला परमेश्वर आ, मैं तुहानू आने वाली तबाही तो बचाने वाला तुहाडा परमेश्वर है। जबूर 107 उहदी 20 आयत दे विच लिखिया मैं आने वाली तबाही तो तुहानू बचाने वाला तुहाडा परमेश्वर है। कि अज तुसी विश्वास करते हो, कि अज तुसी ईमान करते हो कि मेरा परमेश्वर मेरे कोल है। विश्वास करो, विश्वास करने वाले आले सब कुछ हो जाता है। जेड़ा विश्वास करता है उहदे लई हर एक चीज जो है भलाई पैदा करती है। भावे असीं दुखां च आ, तकलीफां च आ, बीमारियां च आ, जदों उहदी बाणी नूं असीं लै लैने अपनी जिंदगी विच, जदों असीं उहदी बाणी नूं अपनी जिंदगी दे विच लै लैने आ, उह कहिंदा मैं तुहाडियां बीमारियां दा अंत कर दूंगा, उह तुहाडियां बीमारियां नूं मैं चकना चूर कर दूंगा। ये असीं देखना है कि अज असीं विश्वास करते हैं कि अज यीशु मसीह तुहाडे कोल आउंदा है। कि तुसीं इही कहने आ कि मेरा कोई ओ कहंदा जिहदा कोई नहीं गा उहदा मैं आ, कहंदा जिहदा कोई नहीं गा मैं तुहाडे लई आसमान नूं छड के जमीन ते आ गया। मैं तुहाडी चिंता करदा आ, मैं तुहाडी फिकर करदा आ, मैं तुहानूं तुहाडे पापां तों जो गुनाहगार आ गुनाह तों तुहानूं साफ सुथरा कर दूंगा जो मेरे ते विश्वास कर। मैं अपना कलाम भेजदा हाँ, लोग चंगे होंगे। अज जे तुसी इस वचन नूं लै लैने आ, इस कलाम नूं लै लैने आ, इस बाणी नूं लै लैने आ, जो जरमाया जिहड़ा आ उह कहिंदा आ कि परमेश्वर तेरी बाणी इक हथौड़े दी तरह। जे तुसी इस कलाम नूं लै लैने आ, वचन विच लिखिया कि परमेश्वर दी वाणी एक अग दी तरह है। जे असी वचन नूं लै लैने आ तां परमेश्वर कहिंदा मैं तुहाडियां बीमारियां दा अंत कर दूंगा, तुहाडियां बीमारियां चकना चूर कर दूंगा। जिहदा हथौड़ा जिहड़ा आ जदों पत्थर ते पैंदा तां पत्थर नूं चकना चूर कर दिंदा, अग जिहड़ी आ उह भस्म कर दिंदी आ। इसे तरह मैं तुहाडियां बीमारियां दा अंत कर दूंगा। पर कि इह वचन जो है, इस वचन की अज असी लैने, जे असी लैने वचन तो परमेश्वर कहता है मैं थोड़िया बीमारियों तो, मैं थोड़िया दुख तकलीफों तो आजाद करने वाला थोड़ा जहोवा जरिया जो कि सब कुछ मुहैया करता है। हालेलुया, आइए प्रार्थना।